ये अपना सीएनसी कटिंग भी यूज की है अच्छा ये जी, तकरीबन 2500 रुपए का खर्चा है। 2500 चिमनी तो होंगी टच ही है, वाली। ये ऑडियो नाल भी चल दी है। हेलो चिमनी, तो ये इदा वर्क कर दी है। तो इहदे च सर देखो वॉल डेकोरेशन लग रही है तुहानू, हाँ जी हाँ बट जी इहनू आपां कुछ डिफरेंट कंसैप्ट कीता है जी। पुश स्टोर है जी, स्टोरेज जी बंबर शेर वर्गा डॉगी मेन गेट दे उत्ते तुहानू बैठा मिल जाएगा। सर इहदा की नाम आ ते कित्थों बाय कीता जी? इहनू कहिंदे आ लियो, वैसे ब्रीड का नेम हैगा चाओ चाओ। ਕੱਲ ਦੋਸਤੋ ਮੈਂ ਤੁਹਾਡਾ ਆਪਣਾ ਦੀਪ ਮੱਲੂ ਮਾਜਰਾ ਅੱਜ ਬਹੁਤ ਹੀ ਸੋਹਣੀ ਕੋਠੀ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ। ਤੁਸੀਂ ਨਵੀਂ ਕੋਠੀ ਬਣਾ ਰਹੇ ਹੋ ਜਾਂ ਬਣਾਉਣ ਦੇ ਬਾਰੇ ਸੋਚ ਰਹੇ ਹੋ ਤਾਂ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਰਹੋ, ਕਾਫੀ ਚੀਜ਼ਾਂ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ। ਇਸ ਕੋਠੀ ਦੇ ਇੰਟੀਰੀਅਰ ਐਕਸਟੀਰੀਅਰ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਜ ਸੰਗਰੂਰ ਦੇ ਵਿੱਚ ਅਸੀਂ ਪਹੁੰਚੇ, ਸੀਰ ਹੋਣਾ ਦੀ ਕੋਠੀ ਬਣ ਕੇ ਤਿਆਰ ਹੋ ਚੁੱਕੀ ਹੈ, ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ। ਚੱਲ ਸਰ ਸਤਿ ਸ਼੍ਰੀ ਅਕਾਲ ਜੀ। ਜਗਸੀਰ ਬਾਈ ਜੀ ਬਹੁਤ ਬਹੁਤ ਮੁਬਾਰਕ ਹੈ ਜੀ, ਥੈਂਕ ਯੂ ਜੀ, ਬਹੁਤ ਸੋਹਣੀ ਕੋਠੀ ਤਿਆਰ ਕੀਤੀ ਹੈ ਜੀ। ਐਂਡ ਸਰ ਆਪਾਂ ਗੱਲ ਕਰੀਏ ਜੀ, ਸ਼ੁਰੂਆਤ ਕਰ ਲੈਣਾ ਸਰ, ਇਹਦੇ ਬਾਰੇ ਜਾਣਕਾਰੀ ਦਿਓ। ਆਪਾਂ ਬੈਲ ਯੂਜ਼ ਕੀਤੀ ਹੈ, ਵੀਡੀਓ ਡੋਰ ਫੋਨ ਕਹਿ ਦਿੰਦੇ ਹਨ। ਹਾਂਜੀ, ਮਤਲਬ ਇੱਥੋਂ ਤੁਸੀਂ ਬੈਲ ਕਰਕੇ ਅੰਦਰ ਇਹਦੀ ਸਕਰੀਨ ਆਪਣੇ ਲੱਗੀ ਹੋਈ ਹੈ ਜੀ। ਠੀਕ ਹੈ ਜੀ, ਜਿੱਦਾਂ ਤੁਸੀਂ ਇਹਨੂੰ ਪ੍ਰੈਸ ਕਰੋਗੇ ਹਾਂਜੀ, ਉਹ ਹੀ ਆਪਾਂ ਪੁੱਛ ਸਕਦੇ ਹਾਂ, ਤੁਹਾਡੀ ਫੋਟੋ ਅੰਦਰ ਜਾ ਰਹੀ ਹੈ, ਆਪਾਂ ਨੂੰ ਕਾਲ ਆਉਂਦੀ ਹੈ ਬਾਹਰੋਂ ਤਾਂ ਆਪਾਂ ਇੱਥੋਂ ਹੀ ਸਕਦੇ ਹਾਂ ਜੀ। ਇਹ ਆਪਣੀਆਂ ਜਿੱਦਾਂ ਪਹਿਲਾਂ ਆਪਾਂ ਕਲਿੱਕ ਕੀਤੀ ਹੈ ਫੋਟੋ, ਹਾਂਜੀ ਤੇ ਰਿਕਾਰਡ ਵੀ ਕਰਦਾ ਜੀ, ਕੋਈ ਬੈਲ ਕਰਦਾ ਤਾਂ ਉਹਦੀ ਸਕਰੀਨਸ਼ਾਟ ਲੈ ਲੈਂਦਾ, ਕਿਉਂਕਿ ਇਨ ਫਿਊਚਰ ਆਪਾਂ ਦੇਖ ਸਕੀਏ ਵੀ ਉਹ ਦਿਖਾ ਰਹੇ ਜੀ। ਠੀਕ ਹੈ ਜੀ, ਫਰੰਟ ਦੇ ਉੱਪਰ ਮਤਲਬ ਜੋ ਵੀ ਸੜਕ ਦੇ ਉੱਤੇ ਮੂਵਮੈਂਟ ਹੁੰਦੀ ਹੈ ਜੀ, ਆਪਾਂ ਅੰਦਰੋਂ ਵੀ ਦੇਖ ਸਕਦੇ ਹਾਂ ਬਾਹਰੋਂ ਬੈਲ। ਠੀਕ ਹੈ ਜੀ ਜੀ, ਤੇ ਬਾਕੀ ਆਪਾਂ ਇੱਦਾਂ ਇੱਥੋਂ ਵੀ ਦੇਖ ਸਕਦੇ ਹਾਂ। ਇਹਦੀ ਸਰ ਕੀਮਤ ਕਿੰਨੀ ਹੈ ਜੀ? ਤਕਰੀਬਨ ਜੀ 6000 ਰੁਪਏ ਦੇ ਲੱਗ ਸਿਰਫ। ਤੇ ਵੀਰ ਜੀ ਆਪਾਂ ਗੱਲ ਕਰੀਏ ਇਹਦੇ ਐਕਸਟੀਰੀਅਰ ਦੇ ਉੱਤੇ, ਤੁਸੀਂ ਕੀ ਕੁਝ ਮਟੀਰੀਅਲ ਯੂਜ਼ ਕੀਤਾ ਗਿਆ ਉਹਦੇ ਬਾਰੇ ਦੱਸੋ ਜੀ। ਜੀ ਆਪਾਂ ਐਕਸਟੀਰੀਅਰ ਐਲੀਵੇਸ਼ਨ ਦੇ ਮਤਲਬ ਟਾਈਲ ਵਰਕ ਤੇ ਸਟੋਨ ਦੇ ਨਾਲ ਹੀ ਟੈਕਸਚਰ, ਇਹ ਤਿੰਨ ਚੀਜ਼ਾਂ ਨੂੰ ਲੈ ਕੇ ਚੱਲੇ ਹਾਂ ਜੀ ਸਰ। ਇਹ ਥੋੜ੍ਹੀ ਬਹੁਤ ਗਾਈਡੈਂਸ ਮੇਰਾ ਮਿੱਤਰ ਨੇ, ਮੈਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹੂੰ, ਸਤਵੰਤ ਸਿੰਘ ਧਾਲੀਵਾਲ, ਠੀਕ ਹੈ ਜੀ, ਆਰਕੀਟੈਕਟ ਨੇ ਲੁਧਿਆਣਾ ਦੇ, ਹਾਂਜੀ ਉਹਨਾਂ ਦੀ ਗਾਈਡੈਂਸ ਸੀ, ਬਟ ਚੁਆਇਸ ਸਾਰੀ ਆਪਾਂ ਆਪ ਕੀਤੀ। ਤੇ ਸਰ ਇਹ ਕਿੰਨਾ ਕੁ ਮਹਿੰਗਾ ਹੈਗਾ ਜੀ ਇਹ ਸਟੋਨ ਦੀ ਗੱਲ ਕਰੀਏ? ਇਹ ਜੀ 110 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ, ਇਹ ਵਾਲਾ ਨੈਚੁਰਲ ਸਟੋਨ ਹੈ, ਠੀਕ ਹੈ, ਰੇਂਜ ਆਪ ਬਹੁਤ ਹੈਗੀ ਇਸ ਤੋਂ ਵੀ ਮਿਲ ਜਾਂਦੀ ਹੈ, ਬਟ ਇਹ 110 ਰੁਪਏ ਸਕੁਅਰ। ਠੀਕ ਹੈ ਸਰ, ਤੇ ਇਹਦੇ ਬਾਰੇ ਸਰ ਦੱਸੋ ਜੀ, ਜਿਹੜਾ ਤੁਸੀਂ ਲਾਈਟਿੰਗ ਕੀਤੀ ਹੈ ਜੀ। ਐਕਚੁਅਲੀ ਇੱਥੇ ਮਤਲਬ ਜਿਹੜੀ ਇਹ ਟਾਈਲ ਤੁਸੀਂ ਦੇਖ ਰਹੇ ਹੋ ਇਹਦੀ ਜਗ੍ਹਾ ਤੇ ਦਿੱਤਾ ਸੀ ਆਪਾਂ ਨੂੰ ਉਹਨਾਂ ਨੇ ਟ੍ਰੈਵਲਟਿਨੋ ਸਟੋਨ ਨੈਚੁਰਲ ਜਿਹੜਾ, ਹਾਂਜੀ, ਉਹਦੀ ਕਾਸਟ ਇੱਥੇ ਔਰ ਫਰੰਟ ਵਾਲ ਤੇ ਤਕਰੀਬਨ 2.5-3 ਲੱਖ ਰੁਪਏ ਦੀ ਆਉਂਦੀ ਸੀ, ਤੇ ਆਪਾਂ ਉਹਦੀ ਜਗ੍ਹਾ ਤੇ ਚੂਜ਼ ਕੀਤੀ ਹੈ ਇਹ ਟਾਈਲ, ਤੇ ਸੇਮ ਟ੍ਰੈਵਲਟਿਨੋ ਲੁੱਕ ਦੇ ਵਿੱਚ ਟਾਈਲ ਹੈ, ਤੇ ਐਲਈਡੀ ਜਿਹੜੀ ਸਟ੍ਰਿਪ ਆਪਾਂ ਯੂਜ਼ ਕੀਤੀ ਹੈ ਉਹਨੂੰ ਹਾਈਲਾਈਟ ਕਰ। ਤੇ ਸਰ ਕਿੰਨੇ ਖਰਚੇ ਦੀ ਆਪਣੀ ਸੇਵਿੰਗ ਹੋ ਗਈ ਜੀ ਇਸ ਦੇ ਵਿੱਚ? ਜੇ ਆਪਾਂ ਹਿਸਾਬ ਲਈਏ ਜੀ, ਮਤਲਬ ਫਰੰਟ ਐਲੀਵੇਸ਼ਨ ਤੋਂ ਤੁਸੀਂ ਲਾਓ ਕਿ 3-4 ਲੱਖ ਰੁਪਏ ਤੋਂ ਆਪਾਂ ਘਟਾ ਕੇ 30,000 ਰੁਪਏ ਤੇ ਲਗਾ, 30-32,000 ਦੇ ਵਿੱਚ, ਮਤਲਬ ਦੋਨੋਂ ਚੀਜ਼ਾਂ ਤੁਸੀਂ ਫਰੰਟ ਵਾਲੀ ਵਾਲ ਤੇ ਇੱਧਰ ਤੁਸੀਂ ਕਵਰ ਇਹ ਵਾਲਾ ਟਾਈਲ ਦਾ ਵਰਕ। ਜੀ 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 ਜੀ, ਜੋ ਦਰਸ਼ਕ ਵੀਰੋ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਆ ਕੋਠੀ, ਗੱਲ ਕਰੀਏ ਇੱਥੇ ਪੋਰਚ ਦੀ, ਪੋਰਚ ਵੀ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਬਣਿਆ ਹੋਏਗਾ, ਇਹਦੇ ਜੇ ਆਪਾਂ ਗੱਲ ਕਰੀਏ ਸਟੈਪ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਨੇ, ਵੀ ਬੰਦਾ ਜਿੰਨੇ ਵਾਰ ਮਰਜ਼ੀ ਚੜ੍ਹ ਜੇ ਉੱਤਰ ਜੇ ਥੱਕਦਾ ਨਹੀਂ ਹੈਗਾ। ਤੇ ਵੀਰ ਜੀ ਇੱਧਰ ਵੀ ਦੱਸੋ ਜੀ ਆਹ ਕੀ ਚੀਜ਼ ਹੈ ਜੀ? ਆਪਾਂ ਕਿਚਨ ਹੈ ਜੀ ਇੱਥੋਂ ਦਾ, ਕਿਚਨ ਦੇ ਲਈ ਆਪਾਂ ਜਿਹੜਾ ਗੈਸ ਸਿਲੰਡਰ ਹੈ ਉਹਦੀ ਪ੍ਰੋਵੀਜ਼ਨ ਇੱਥੇ ਰੱਖੀ ਹੋਈ ਹੈ ਕਿ ਅੰਦਰ ਸਿਲੰਡਰ ਨਹੀਂ ਰੱਖਿਆ। ਠੀਕ ਹੈ, ਸਿਲੰਡਰ ਦਾ ਸਾਰਾ ਸਿਸਟਮ ਇਹਦੇ ਨੀਚੇ ਹੀ ਹੈ, ਬੰਦ ਹੈ ਇਹ ਲਾਇਦਾ ਕਰਤਾ ਜੀ। ਜੀ ਹਾਂਜੀ ਹਾਂਜੀ, ਇਹ ਰਾਈਜ਼ਰ ਆਪਾਂ ਸਾਰੇ 6 ਇੰਚ ਦਾ ਹੀ ਰੱਖਿਆ। ਠੀਕ ਹੈ ਜੀ, ਤਾਂ ਕਿ ਕਿਸੇ ਤਰ੍ਹਾਂ ਦੇ ਕੋਈ ਚੜ੍ਹਨ ਦੇ ਵਿੱਚ ਨਾ ਆਵੇ। ਹਾਂਜੀ ਹਾਂਜੀ, ਤੇ ਸਰ ਗੱਲ ਕਰੀਏ ਆਪਾਂ ਵੁੱਡ ਵਰਕ ਦੀ ਜੀ, ਇਹ ਦਰਵਾਜ਼ਾ ਤੇ ਚਗਾਠਾਂ ਵਗੈਰਾ ਦੇ ਬਾਰੇ ਸਰ ਦੱਸੋ। ਇਹ ਚਗਾਠਾਂ ਜੀ ਆਪਾਂ SV ਵੁੱਡਸ ਦੀਆਂ ਲਗਾਈਆਂ ਨੇ, ਕਿਉਂਕਿ ਇੱਥੇ ਮੋਸਟਲੀ ਇਹ ਏਰੀਆ ਨਾ ਸਿਉਂਕ ਕਾਫੀ ਜ਼ਿਆਦਾ, ਉਹਨੂੰ ਚੱਲਦੇ ਇਹ ਆਪਾਂ ਨੂੰ 25 ਸਾਲ ਦੀ ਗਰੰਟੀ ਦੇ ਵਿੱਚ ਮਿਲੀ ਹੈ SV ਵੁੱਡਸ। ਠੀਕ ਹੈ ਸਰ, ਤੇ ਬਾਕੀ ਲੱਕੜ ਹੈ ਜਿਹੜੀ ਆਪਾਂ ਯੂਜ਼ ਕਰੀ ਹੈਗੀ ਗ੍ਰੀਨ ਚਾਮ। ਠੀਕ ਹੈ ਸਰ, ਠੀਕ ਹੈ ਜੀ। ਹਾਂਜੀ ਸਰ, ਇਹ ਆਪਣਾ ਇੱਧਰ ਪਹਿਲਾਂ ਡਰਾਇੰਗ ਰੂਮ ਹੈ ਜੀ, ਐਂਟਰੀ ਦੇ ਸਾਰੇ, ਤੇ ਇਹਦੇ 'ਚ ਸਰ ਕੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਇਹ ਮੇਨਲੀ ਆਪਾਂ ਇੱਕ ਤਾਂ LED ਵਰਕ ਤੇ ਦਿੱਤਾ ਥੋੜ੍ਹਾ ਜਿਹਾ ਤਾਂ ਕਿ ਕਲਾਸੀ ਲੁੱਕ ਆਵੇ। ਫੈਨ ਹੈ ਜਿਹੜਾ ਇਹ ਆਪਾਂ ਲੇਟੈਸਟ ਟੈਕਨੋਲੋਜੀ BLDC ਮੋਟਰ ਦੇ એનર્ਜੀ ਸੇਵਿੰਗ ਵਿਦ ਰਿਮੋਟ ਫੈਨ ਹੈ, ਮਤਲਬ ਕਹਿ ਦਿਆ ਰਿਮੋਟ ਵਾਲਾ ਪੱਖਾ ਜੀ, ਇਹ ਰਿਮੋਟ ਨਾਲ ਵਰਕ ਕਰਦਾ ਸਾਰਾ। ਇਹਦੇ 'ਚ ਸਰ ਕੀ ਕੀ ਖਾਸੀਅਤਾਂ? ਮਤਲਬ ਇਹ ਆਪਾਂ ਰਿਮੋਟ ਤੋਂ ਹੀ ਆਪਰੇਟ ਕਰ ਸਕਦੇ ਹਾਂ ਔਰ ਹਾਈਐਸਟ ਸਪੀਡ ਦੇ ਉੱਤੇ ਇਹ ਸਿਰਫ 28 ਵਾਟ ਕੰਜ਼ਿਊਮ ਕਰਦਾ, ਇਹਦਾ ਆਪਾਂ ਨੂੰ ਇਹੀ ਬੈਨੀਫਿਟ ਹੈ, ਜਿਵੇਂ ਬਜ਼ੁਰਗ ਨੇ ਜਾਂ ਬੱਚਿਆਂ ਇੱਥੋਂ ਈਜ਼ੀਲੀ ਆਪਰੇਟ ਕਰ ਸਕਦੇ ਹਾਂ, ਉੱਠ ਕੇ ਜਾਣ ਦੀ ਜ਼ਰੂਰਤ। ਠੀਕ ਹੈ ਸਰ, ਇੱਥੋਂ ਹੀ ਆਪਾਂ ਇਹਨੂੰ ਆਫ ਆਨ ਕਰ ਸਕਦੇ, ਆਫ ਆਨ ਕਰ ਸਕਦੇ ਹਾਂ। ਤੇ ਡਰਾਇੰਗ ਰੂਮ ਦੇ ਵਿੱਚੋਂ ਹੀ ਆਪਾਂ ਧਿਆਨ ਰੱਖਿਆ ਕਿ ਇੱਧਰ ਮੈਂ ਵਿੰਡੋ ਇਹ ਜ਼ਰੂਰ ਬਣਵਾਈ ਹੈ। ਹਾਂਜੀ, ਇਹ ਤੁਹਾਨੂੰ ਅੱਗੇ ਦੀ ਜ਼ਿਆਦਾ ਐਕਸਪਲੇਨ ਕਰ ਦਾਂਗੇ ਕਿ ਇੱਥੋਂ ਨਾ ਇੱਥੇ ਗ੍ਰੀਨ ਏਰੀਆ ਬਣਨਾ ਹੈਗਾ। ਠੀਕ ਹੈ ਜੀ, ਇੱਥੋਂ ਵਿਊ ਥੋੜ੍ਹਾ ਜਿਹਾ ਵਧੀਆ ਆਉਂਦਾ, ਵਧੀਆ ਆਉਂਦਾ ਨੈਚੁਰਲ ਗ੍ਰੀਨ ਬਿਲਕੁਲ।
ਤੇ ਸਰ ਗੱਲ ਕਰੀਏ ਮਤਲਬ ਕਲਰ ਮੈਚਿੰਗ ਤੇ ਤੁਸੀਂ ਪਰਦਿਆਂ ਦਾ ਕੰਬੀਨੇਸ਼ਨ ਵੀ ਬਹੁਤ ਵਧੀਆ ਰੱਖਿਆ ਜੀ ਨਾਲ ਜਿਹੜੀ ਆਹ ਚੀਜ਼ ਤੁਸੀਂ ਕਵਰਡ ਏਰੀਆ ਬਣਾਇਆ ਇਹ ਕਦੇ ਲਈ ਹੈ ਜੀ ਇਹ ਵੈਸੇ ਤਾਂ ਡਿਜ਼ਾਈਨਰ ਵਾਲ ਦੀ ਲੁੱਕ ਦੇ ਰਿਹਾ ਤੁਹਾਨੂੰ ਹਾਂਜੀ ਹਾਂਜੀ ਲੌਬੀ ਦੇ ਵਿੱਚ ਬਟ ਇਹਦੇ ਵਿੱਚ ਕੁਝ ਸਪੈਸ਼ਲ ਇਹ ਹੈ ਕਿ ਇਹਨੂੰ ਆਪਾਂ ਪਾਊਡਰ ਰੂਮ ਬਣਾਇਆ ਜੀ ਇਹ ਹਿਡਨ ਪਾਊਡਰ ਰੂਮ ਹੈ ਓਕੇ ਜੀ ਸੋ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਨਾਲ ਹੀ ਡਰਾਇੰਗ ਰੂਮ ਦੇ ਬਿਲਕੁਲ ਆਪਣਾ ਇੱਕ ਸੀਕ੍ਰੀਟ ਵਾਸ਼ਰੂਮ ਬਾਥਰੂਮ ਆ ਜਾਂਦਾ ਹੈਗਾ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਤੇ ਤੁਸੀਂ ਆ ਟਾਇਲਸ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰੇ ਕਲਰ ਦੇ ਟਾਇਲਸ ਲੱਗੇ ਹੋਏ ਆ ਸਰ ਇਹ ਟਾਇਲਸ ਦਾ ਕਿੰਨਾ ਕੁ ਖਰਚਾ ਜੀ ਇਹ ਇੱਕ ਵਾਸ਼ਰੂਮ ਦੇ ਵਿੱਚ ਇਹਦੇ ਚ ਆਪਣਾ 18,000 ਰੁਪਏ ਦਾ ਖਰਚਾ ਆਇਆ 18,000 ਸਾਰਾ ਟਾਇਲਸ ਵਗੈਰਾ ਦਾ ਓਕੇ ਜੀ ਤੇ ਸਰ ਇਹ ਛੱਤ ਦੇ ਉੱਪਰ ਇਹ ਆਪਾਂ ਸੀਐਨਸੀ ਕਟਿੰਗ ਯੂਜ਼ ਕੀਤੀ ਹੈਗੀ ਇਹ ਤਕਰੀਬਨ 2500 ਰੁਪਏ ਦਾ ਖਰਚਾ 2500 ਰੁਪਏ ਦਾ ਮਤਲਬ ਟੋਟਲ ਹੀ ਮਤਲਬ ਜਿੰਨੀਆਂ ਵੀ ਚੀਜ਼ਾਂ ਨੇ ਤੁਸੀਂ ਆਪਾਂ ਬਜਟ ਫ੍ਰੈਂਡਲੀ ਚੱਲੇ ਆ ਤੇ ਲੁੱਕ ਦੇ ਨੂੰ ਥੋੜਾ ਐਨਹਾਂਸ ਕਰਨ ਤੇ ਕੰਮ ਕੀਤਾ ਜੀ ਸਰ ਜੀ ਜੀ ਆਪਣੇ ਆਪ ਸੋ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਡਰਾਇੰਗ ਰੂਮ ਤੋਂ ਬਾਹਰ ਨਿਕਲ ਕੇ ਨਾਲ ਹੀ ਆਪਣਾ ਲੌਬੀ ਦਾ ਏਰੀਆ ਸਟਾਰਟ ਹੋ ਜਾਂਦਾ ਕਾਫੀ ਖੁੱਲੀ ਆ ਲੌਬੀ ਇਹਦੇ ਬਾਰੇ ਵੀ ਜੋ ਵੀ ਤੁਸੀਂ ਲੌਬੀ ਆਪਾਂ 20x20 ਦੀ ਲੌਬੀ ਰੱਖੀ ਹੈ ਤਾਂ ਕਿ ਥੋੜਾ ਵੈਂਟੀਲੇਟਡ ਰਹੇ ਏਰੀਆ ਤੇ ਵੈਂਟੀਲੇਸ਼ਨ ਦੇ ਲਈ ਕਿਉਂਕਿ ਡਬਲ ਹਾਈਟ ਤੇ ਲੌਬੀ ਆਪਾਂ ਨਹੀਂ ਬਣਾਈ ਇਹਦੇ ਲਈ ਆਪਾਂ ਡਬਲ ਹਾਈਟ ਸਿਰਫ ਇੱਕ ਜਾਲ ਦਾ ਏਰੀਆ ਰੱਖਿਆ ਜਾਲ ਦਾ ਏਰੀਆ ਤਾਂ ਕਿ ਇੱਥੇ ਮਤਲਬ ਸਫੋਕੇਸ਼ਨ ਟਾਈਪ ਆਪਾਂ ਨੂੰ ਫੀਲ ਨਾ ਹੋਵੇ ਔਰ ਇਹੀ ਗ੍ਰੀਨ ਏਰੀਆ ਬਣਨਾ ਜਿਹੜਾ ਕਿ ਆਪਾਂ ਨੂੰ ਡਰਾਇੰਗ ਰੂਮ ਚੋਂ ਗ੍ਰੀਨ ਵਿਊ ਆਏਗਾ ਤੇ ਸਰ ਇਹ ਗੱਲ ਕਰੀਏ ਇਸ ਚੇਅਰ ਦੀ ਕੋਸਟ ਇਹ ਤਕਰੀਬਨ 4-5000 ਰੁਪਏ ਦੇ ਲਾਵੇ 4-5000 ਦਾ ਠੀਕ ਹੈ ਸਰ ਤੇ ਡੈਕੋਰੇਸ਼ਨ ਦੇ ਲਈ ਲੌਬੀ ਦੇ ਵਿੱਚ ਹੈਂਗਿੰਗ ਬਟਰਫਲਾਈ ਤੁਸੀਂ ਦੇਖ ਸਕਦੇ ਹੋ ਵਿਰਜੀਆਂ ਨੇ ਤੇ ਲਟਕਾਈਆਂ ਹੋਈਆਂ ਨੇ ਤੇ ਸਰ ਕਾਫੀ ਇਹ ਪਿਆਰੀਆਂ ਲੱਗਦੀਆਂ ਤੇ ਇਹਦੀ ਕੋਸਟ ਵਾਈਜ਼ ਇਹ ਕਿੰਨੀਆਂ ਕੁ ਮਹਿੰਗੀਆਂ ਨੇ ਜੀ ਇਹ ਕੁਝ ਖਾਸ ਜ਼ਿਆਦਾ ਮਹਿੰਗੀਆਂ ਨੇ ਨਾਰਮਲ ਹੈਂਗਿੰਗ ਲਾਈਟਸ ਆਪਾਂ ਨੂੰ 12-1300 ਦੀ ਮਿਲਦੀ ਹੈ ਤੇ 1700 ਇਹ ਕਿਦਾਂ ਸਰ ਆਨਲਾਈਨ ਬਾਏ ਕੀਤੀਆਂ ਜਾਂ ਇਥੋਂ ਨਹੀਂ ਇਹ ਮੈਂ ਇਥੋਂ ਹੀ ਸੁਨਾਮ ਤੋਂ ਲਈ ਹਾਂ ਜੀ ਅੱਛਾ ਸੁਨਾਮ ਤੋਂ ਜੀ ਜੀ ਤੁਸੀਂ ਆ ਦੇਖ ਸਕਦੇ ਹੋ ਜੀ ਝੂਮਰ ਹਾਂਜੀ ਇਹ ਲੌਬੀ ਦੇ ਵਿੱਚ ਮਤਲਬ ਇੱਕ ਮੈਂ ਤੁਹਾਨੂੰ ਆਹ ਧਿਆਨ ਦਿਵਾਉਣਾ ਕਿ ਇਹ ਆਪਾਂ ਲੈਦਰ ਯੂਜ਼ ਕੀਤਾ ਹੈ ਮੋਸਟਲੀ ਇੱਥੇ ਸ਼ੀਟ ਮਾਈਕੇ ਦੀ ਜਾਂ ਐਕ੍ਰੈਲਿਕ ਸ਼ੀਟ ਯੂਜ਼ ਕਰਦੇ ਆ ਆਪਾਂ ਇੱਥੇ ਲੈਦਰ ਦੇ ਵਿੱਚ ਕੰਮ ਕਰਾਇਆ ਤੇ ਇਹ ਵੀ ਬਜਟ ਫ੍ਰੈਂਡਲੀ ਆ ਸਿਰਫ ਇਹਦਾ ਖਰਚਾ ਮੇਰਾ ਸਾਰਾ 1600 ਰੁਪਏ ਆਇਆ ਅੱਛਾ ਜੀ ਤੇ ਸਰ ਇਹ ਝੂਮਰ ਦੀ ਗੱਲ ਕਰੀਏ ਜੀ ਝੂਮਰ ਇਹ ਵੀ ਉੱਥੋਂ ਹੀ ਓਕੇ ਬਾਈ ਕੀਤਾ ਸੀਗਾ ਠੀਕ ਹੈ ਜੀ ਜੀ ਤੇ ਸਰ ਜਿਹੜਾ ਤੁਸੀਂ ਗੱਲ ਕਰੀਏ ਆਪਾਂ ਵੁੱਡ ਵਰਕ ਜਾਂ ਆਪਾਂ ਇਹਦੇ ਫਰਨੀਚਰ ਦੀ ਗੱਲ ਕਰੀਏ ਤੁਸੀਂ ਦੱਸ ਰਹੇ ਸੀਗੇ ਤੁਸੀਂ ਕਾਫੀ ਇਹ ਮਤਲਬ ਲੋ ਬਜਟ ਦੇ ਵਿੱਚ ਖਰੀਦਿਆਗਾ ਤੇ ਇਹ ਐਕਚੁਅਲੀ ਇੱਥੇ ਸਰਸ ਮੇਲਾ ਇੱਕ ਆਪਣੇ ਲੱਗਿਆ ਸੀਗਾ ਉੱਥੋਂ ਹੀ ਮੈਂ ਪਰਚੇਜ਼ ਕੀਤਾ ਸੀਗਾ ਕਾਫੀ ਮਤਲਬ ਬਜਟ ਫ੍ਰੈਂਡਲੀ ਹੋਈ ਹੈ ਲਗਭਗ 12-13,000 ਦੇ ਵਿੱਚ ਆਪਾਂ ਨੂੰ ਮਿਲ ਗਿਆ ਠੀਕ ਹੈ ਸਰ ਠੀਕ ਕੁਛ ਐਂਟੀਕ ਜਿਹਾ ਪੀਸ ਹੈ ਨੀਚੇ ਸਰ ਆਪਣੇ ਬੈਡਰੂਮ ਕਿੰਨੇ ਬਣੇ ਹੋਏ ਜੀ 2 ਬੈਡਰੂਮ ਹੈ ਜੀ ਵੀਰੋ ਲੌਬੀ ਦੇ ਬਿਲਕੁਲ ਸਾਹਮਣੇ ਆਪਣੀ ਕਿਚਨ ਆ ਜਾਂਦੀ ਹੈ ਕਾਫੀ ਖੁੱਲੀ ਕਿਚਨ ਬਣੀ ਹੋਈ ਆ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਵਾਂ ਤੇ ਐਡਵਾਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇਹਨਲੀ ਕੁਛ ਤਾਂ ਲਾਈਟਿੰਗ ਦੇ ਵਿੱਚ ਹੀ ਪਲੇ ਕੀਤਾ ਹੈ ਕਿ ਆਪਾਂ ਨੂੰ ਕਾਮ ਜਿਹਾ ਐਟਮੋਸਫੇਅਰ ਮਿਲੇ ਵਾਰਮ ਵਰਲਡ ਲਾਈਟ ਯੂਜ਼ ਕਰੀਆਂ ਨੇ ਬਾਕੀ ਥੋੜ੍ਹਾ ਬਹੁਤਾ ਗਲਾਸ ਵਰਕ ਯੂਜ਼ ਕੀਤਾ ਹੈ ਚਿਮਨੀ ਹੈ ਜਿਹੜੀ ਇਹ ਥੋੜ੍ਹੀ ਜਿਹੀ ਐਡਵਾਂਸ ਆਪਾਂ ਲਈ ਹੈ ਜਿੱਦਾਂ ਕਿ ਮੋਸਟਲੀ ਸੈਂਸਰ ਟੱਚ ਵਾਲੀ ਚਿਮਨੀ ਤਾਂ ਹੁੰਦੀ ਹੈ ਇਹ ਆਡੀਓ ਨਾਲ ਵੀ ਚੱਲਦੀ ਹੈ ਹੈਲੋ ਚਿਮਨੀ ਇਦਾਂ ਵਰਕ ਕਰਦੀ ਹੈ ਤੇ ਇਹਦੇ ਚ ਸਰ ਆਪਾਂ ਬੋਲ ਕੇ ਕੀ ਕੁਝ ਇਹਤੋਂ ਕੰਮ ਲੈ ਸਕਦੇ ਇਹਤੋਂ ਸਾਰਾ ਕੁਝ ਜੀ ਲਾਈਟ ਆਨ ਲਾਈਟ ਆਫ ਇਹਦੀ ਵਿੰਡ ਨੂੰ ਸਲੋ ਮੀਡੀਅਮ ਬੋਲੇ ਤਾਂ ਆਨ ਹੋ ਗਈ ਹੈ ਹਾਂਜੀ ਇਦਾਂ ਇਹਦਾ ਕਨਸੈਪਟ ਠੀਕ ਹੈ ਸਰ ਇਹਦਾ ਕਿੰਨਾ ਕੁ ਖਰਚਾ ਜੀ ਚਿਮਨੀ ਇਹ ਚਿਮਨੀ ਸਿਰਫ 16,000 ਰੁਪਏ 16,000 ਦੀ ਤੁਸੀਂ ਕਾਫੀ ਘੱਟ ਖਰਚੇ ਦੇ ਵਿੱਚ ਇੰਨੀ ਐਡਵਾਂਸ ਟੈਕਨੋਲੋਜੀ ਦੀ ਚਿਮਨੀ ਬਾਈ ਕੀਤੀ ਹੈ ਜੀ ਇਹਦਾ ਨੂੰ ਵਿਦ ਸੈਂਸਰ ਵੀ ਹੈ ਵਿਦ ਟੱਚ ਵੀ ਹੈ ਔਰ ਆਡੀਓ ਵੀ ਠੀਕ ਹੈ ਸਰ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਕਿਚਨ ਦੇ ਵਿੱਚ ਜਿੰਨੇ ਵੀ ਡਰਾਅਰਸ ਬਣੇ ਹੋਏ ਨੇ ਸਾਰੇ ਹੈਂਡਲਲੈਸ ਨੇ ਇਨਫ ਸਟੋਰੇਜ ਆ ਤੁਸੀਂ ਇਹਦੇ ਚ ਜਿੰਨੀ ਮਰਜ਼ੀ ਸਟੋਰੇਜ ਕਰ ਸਕਦੇ ਹੋ ਤੇ ਨਾਲ ਹੀ ਬਿਲਕੁਲ ਕਰੋਕਰੀ ਆ ਜਾਂਦੀ ਆ ਸਰ ਕਰੋਕਰੀ ਦਾ ਜੋ ਵੀ ਬਣਿਆ ਗਾ ਆਪਾਂ ਗੱਲ ਕਰੀਏ ਕਵਰਡ ਏਰੀਆ ਬਣਿਆ ਜੀ ਇਹ ਕਿੰਨਾ ਕੁ ਕੋਸਟਲੀ ਆ ਗਿਆ ਤੇ ਇਹਦੇ ਬਾਰੇ ਥੋੜਾ ਨਹੀਂ ਇਹਦੇ ਕੋਲ ਕੋਸਟ ਜ਼ਿਆਦਾ ਨਹੀਂ ਹੈ ਨਾਰਮਲ ਬਜਟ ਦੇ ਵਿੱਚ ਇਹ ਕਵਰ ਹੋ ਜਾਂਦਾ ਕਿਉਂਕਿ ਪ੍ਰੋਫਾਈਲ ਹੈ ਜਿਹੜੀ ਤਕਰੀਬਨ 2 ਪ੍ਰੋਫਾਈਲ ਦੇ ਵਿੱਚ ਇਹ ਬਣ ਗਿਆ 1000 ਰੁਪਏ ਦੀ ਇੱਕ ਪ੍ਰੋਫਾਈਲ ਹੈ ਤਾਂ ਜੇ ਆਪਾਂ ਹਿਸਾਬ ਲਗਾਈਏ 2000 ਰੁਪਏ ਦੇ ਰੈਡੀ ਹੋ ਜਾਂਦੇ ਪੱਲੇ ਬਾਕੀ ਗਲਾਸ ਦਾ ਲਾਈਟਿੰਗ ਦੇ ਵਿੱਚ ਆਪਾਂ ਜ਼ਰੂਰ ਧਿਆਨ ਰੱਖਿਆ ਮੋਸਟਲੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕੋਈ ਸਮਾਨ ਚੱਕਣਾ ਹੈ ਹਾਂਜੀ ਤਾਂ ਬਟ ਇੱਥੇ ਸਾਰਾ ਮੈਂ ਲਾਈਟ ਦਾ ਜ਼ਰੂਰ ਅੰਦਰ ਮਤਲਬ ਇਹਦੇ ਡਰਾਅਰਸ ਦੇ ਵਿੱਚ ਵੀ ਤੁਸੀਂ ਲਾਈਟਿੰਗ ਦਾ ਪ੍ਰਬੰਧ ਕੀਤਾ ਸੋ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਆਹ ਵੀ ਇੱਕ ਨਵੀਂ ਚੀਜ਼ ਆ ਗਈ ਜ਼ਿਆਦਾਤਰ ਲਾਈਟਿੰਗ ਸਰ ਯੂਜ਼ ਨਹੀਂ ਹੁੰਦੀ ਇਹ ਕਿਚਨ ਕਿੰਨੇ ਬਾਈ ਕਿੰਨੇ ਦੀ ਤਿਆਰ ਹੋਈ ਹੈ ਏਰੀਆ ਕਿੰਨਾ ਇਹ 12x14 ਦਾ ਕਿਚਨ ਹੈ 12x14 ਦਾ ਐਂਡ ਸਰ ਇਹ ਸਾਰਾ ਵਿਦ ਮਤਲਬ ਐਕਸੈਸਰੀ ਸਾਰਾ ਟੋਟਲ ਹੀ ਖਰਚਾ ਇਹਦੇ ਤੇ ਕਿੰਨਾ ਕ ਆ ਗਿਆ ਜੀ 2.5-2 ਲੱਖ ਰੁਪਏ ਕੰਪਲੀਟ ਕਿਚਨ ਦੇ ਵਿੱਚ ਸਾਰਾ ਕੁਝ ਵਿੱਚ ਚਿਮਨੀ ਵਿੱਚ ਸਾਰਾ ਗੱਲ ਸਾਰਾ ਟੋਟਲੀ ਮਤਲਬ ਅਸੈਸਰੀ ਲੱਗ ਜੀ ਠੀਕ ਹੈ ਸਰ ਵੀਰੋ ਨਾਲ ਹੀ ਆਪਣੇ ਕਿਚਨ ਤੋਂ ਬਾਹਰ ਨਿਕਲਣ ਸਾਰ ਆਪਣਾ ਵਾਸ਼ ਵੇਸ਼ਨ ਏਰੀਆ ਆ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਈਜ਼ੀ ਟੂ ਯੂਜ਼ ਆ ਤੁਸੀਂ ਨਾਲ ਹੀ ਕਿਚਨ ਤੋਂ ਬਾਹਰ ਆਉਂਦੇ ਆਪਾਂ ਕੋਈ ਵੀ ਆਪਣਾ ਹੱਥ ਹਾਂਜੀ ਹਾਂਜੀ ਵਾਸ਼ ਕਰ ਸਕਦੇ ਹੋ
ਆਪਣਾ ਆਪਾਂ ਬੈੱਡਰੂਮ ਵੀ ਹੁਣ ਦਰਸ਼ਕ ਵੀਰਾਂ ਨੂੰ ਦਿਖਾ ਦਈਏ ਜੀ। ਜੀ ਸਰ, ਇੱਥੋਂ ਆਪਾਂ ਬੈੱਡਰੂਮ ਵੀ ਇੱਦਾਂ ਹੀ ਡਾਇਰੈਕਸ਼ਨ ਰੱਖਿਆ ਕਿ ਲੌਬੀ ਦੇ ਵਿੱਚੋਂ ਦੋਨੋਂ ਹਿਡਨ ਰਹਿਣ। ਠੀਕ ਹੈ ਜੀ। ਇੱਕ ਲੈਫਟ ਅਤੇ ਇੱਕ ਰਾਈਟ ਅਤੇ ਫਸਟ ਬੈੱਡਰੂਮ ਆ ਜੀ। ਇਹ ਫਸਟ ਬੈੱਡਰੂਮ ਹੈ, ਇਹ 15x13 ਦਾ ਬੈੱਡਰੂਮ ਹੈ ਜੀ ਸਰ। ਇਹਦੇ 'ਚ ਵੀ ਆਪਾਂ ਸੇਮ ਉਹੀ ਕੰਸੈਪਟ ਬਜਟ ਫਰੈਂਡਲੀ ਯੂਜ਼ ਕੀਤਾ ਹੈਗਾ। ਫੋਟੋ ਵਾਲਾ ਆ ਗਿਆ ਜੀ। ਜੀ, ਬਾਕੀ ਇਹ ਮਦਰ ਫਾਦਰ ਦਾ ਰੂਮ ਹੈ ਮੇਰੇ, ਉਹਨਾਂ ਯੂਜ਼ ਕਰਦੇ ਆ, ਬੈੱਡ ਵੀ ਅਸੀਂ ਉਹਨਾਂ ਲਈ ਰੱਖਿਆ ਹੋਇਆ। ਠੀਕ ਹੈ ਸਰ, ਠੀਕ ਹੈ ਜੀ। ਅਤੇ ਨਾਲ ਹੀ ਆਪਣਾ ਜੀ ਪਿੱਛੇ ਬੈਕਯਾਰਡ ਏਰੀਆ ਆ ਗਿਆ। ਹਾਂਜੀ ਹਾਂਜੀ। ਆਪਾਂ ਇਹਨੂੰ ਐਜ਼ ਆ ਏਰੀਆ ਯੂਜ਼ ਕਰ, ਵਾਸ਼ਿੰਗ ਏਰੀਆ ਯੂਜ਼ ਕਰ ਸਕਦੇ ਜੀ, ਵਾਸ਼ਿੰਗ ਮਸ਼ੀਨ ਵਗੈਰਾ। ਸੋ ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਏਰੀਆ ਵੀ ਕਾਫੀ ਬਣਾਇਆ ਹੋਇਆ, ਕਿਸੇ ਤਰ੍ਹਾਂ ਦੀ ਇੱਥੇ ਘੁੱਟਣ ਮਹਿਸੂਸ ਨਹੀਂ ਹੁੰਦੀ ਹੈਗੀ। ਉੱਪਰ ਆਪਾਂ ਪ੍ਰੋਪਰ ਜੇ 10 ਫੁੱਟ ਦਾ ਇਹ ਜਾਲ ਰੱਖਿਆ ਵੈਂਟੀਲੇਸ਼ਨ ਦੇ ਲਈ ਸਪੈਸ਼ਲੀ। ਇਹਦੇ ਆਪਾਂ ਗੀਜ਼ਰ ਦੇ ਪੁਆਇੰਟਸ ਵੀ ਬਾਹਰ ਹੀ ਰੱਖੇ ਆ ਵਾਸ਼ਰੂਮ ਦੇ, ਤਾਂ ਕਿ ਅੰਦਰ ਬਾਥਰੂਮ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਜੀ ਸਰ, ਉਹ ਕਾਫੀ ਮਤਲਬ ਬਜਟ ਦੇ ਵਿੱਚ ਬਹੁਤ ਹੀ ਜ਼ਿਆਦਾ ਲਗਜ਼ਰੀ ਇਹ ਕੋਠੀ ਤਿਆਰ ਕੀਤੀ ਗਈ ਆ। ਜਦੋਂ ਹੀ ਆਪਾਂ ਬੈੱਡਰੂਮ ਦੇ ਵਿੱਚੋਂ ਬਾਹਰੇ ਆਉਂਦੇ ਹਾਂ, ਨਾਲ ਹੀ ਆਪਾਂ ਨੂੰ ਇੱਕ ਦੀਵਾਰ ਮਿਲ ਜਾਂਦੀ ਆ ਜਿਹੜੀ ਜਿਸਦੇ ਉੱਪਰ ਲੂਵਰਸ ਲੱਗੇ ਹੋਏ ਨੇ। ਸਰ, ਇਹਦੇ ਬਾਰੇ ਦੱਸੋ ਜੀ, ਇਹ ਕੀ ਚੀਜ਼ ਬਣਾਈ ਹੋਈ ਆ ਜੀ? ਵਾਲ ਡੈਕੋਰੇਸ਼ਨ ਲੱਗ ਰਹੀ ਹੈ ਤੁਹਾਨੂੰ? ਹਾਂਜੀ, ਬਟ ਇਹਨੂੰ ਆਪਾਂ ਕੁਝ ਡਿਫਰੈਂਟ ਕਨਸੈਪਟ ਕੀਤਾ ਹੈ ਜੀ। ਪੁਸ਼ ਸਟੋਰ ਹੈ ਜੀ, ਸਟੋਰੇਜ ਜੀ, ਆਪਾਂ ਐਜ਼ ਆ ਸਟੋਰ ਯੂਜ਼ ਕਰਦੇ ਹਾਂ। ਵੀਰੋ, ਤੁਸੀਂ ਦੇਖ ਸਕਦੇ ਹੋ, ਮਤਲਬ ਇੱਥੇ ਆਪਾਂ ਨੂੰ ਬਿਲਕੁਲ ਇੱਦਾਂ ਲੱਗਦਾ ਗਾ ਵੀ ਦੀਵਾਰ ਹੀ ਆ, ਇਹਦੇ ਪਿੱਛੇ ਕੁਛ ਵੀ ਨਹੀਂ ਬਣਿਆ ਹੋਇਆ। ਬਟ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲ੍ਹਾ ਇਹਦੇ 'ਚ ਸਟੋਰ ਬਣਿਆ ਹੋਇਆ, ਅਤੇ ਵਿੱਚੋਂ ਬਾਹਰ ਨਿਕਲਣ ਦੇ ਸਰ ਬਿਲਕੁਲ ਇਹਦੇ ਫਰੰਟ ਦੇ ਉੱਪਰ ਆਪਣਾ ਦੂਜਾ ਬੈੱਡਰੂਮ ਸਟਾਰਟ ਹੋ ਜਾਂਦਾ ਗਾ ਸਰ। ਇਹਦੇ ਬਾਰੇ ਵੀ, ਹਾਂਜੀ, ਇਹ ਸੈਕਿੰਡ ਬੈੱਡਰੂਮ ਹੈ ਜੀ, ਸੇਮ ਸਾਈਜ਼, ਸੇਮ ਸਾਰਾ ਕੁਛ ਇਹਦੇ 'ਚ ਵੀ ਰੱਖਿਆ ਆਪਾਂ। ਠੀਕ ਹੈ ਜੀ, ਮਤਲਬ ਡਿਫਰੈਂਟ ਨਹੀਂ, ਸੇਮ ਹੀ ਬਿਲਕੁਲ ਹੀ। ਠੀਕ ਹੈ ਜੀ। ਇਹ ਸਰ ਪੱਖੇ ਦਾ ਡਿਜ਼ਾਈਨ ਕਾਫੀ ਬੜਾ ਪਿਆਰਾ। ਹਾਂਜੀ, ਇਹ ਅੱਜ ਕੱਲ੍ਹ ਜਿਵੇਂ ਸਾਇਲੈਂਟ ਫੈਨਸ ਆ ਰਹੇ ਹੈ ਇੱਥੇ, ਉਹ ਟਰਾਈ ਕੀਤਾ ਕਿ ਕੁਛ। ਠੀਕ ਹੈ ਸਰ, ਅਤੇ ਬੈੱਡਰੂਮ ਦੇ ਸਰ ਨਾਲ ਹੀ ਇੱਧਰ ਆਪਣਾ ਇਹ ਸੇਮ ਦੋਨੋਂ ਰੂਮਸ ਦੇ ਵਿੱਚ ਆਪਾਂ ਰੱਖਿਆ ਜੀ, ਇਹ ਡਰੈਸਿੰਗ ਏਰੀਆ ਅਤੇ ਪਿੱਛੇ ਨਾਲ ਹੀ ਅਟੈਚਡ ਬਾਥਰੂਮ, ਅਟੈਚਡ ਦੋਨੋਂ ਦੇ। ਜੀ ਸਰ। ਦਰਸ਼ਕ ਵੀਰੋ, ਬੈੱਡਰੂਮ 'ਚੋਂ ਬਾਹਰ ਆਉਣ ਸਾਰ ਨਾਲ ਹੀ ਆਪਣੀਆਂ ਪੌੜੀਆਂ ਬਣੀਆਂ ਹੋਈਆਂ ਨੇ, ਅਤੇ ਸਟੇਅਰ ਸਰ ਇੱਥੋਂ ਉੱਪਰ ਜਾਣ ਲਈ ਆਪਾਂ ਲਾਈਟਸ ਔਨ ਆਫ ਦਾ ਬਟਨ ਇੱਥੇ ਰੱਖਿਆ। ਕੀ ਬਾਤ ਹੈ ਜੀ। ਜੀ ਵੀਰੋ, ਤੁਸੀਂ ਦੇਖ ਸਕਦੇ ਹੋ ਉੱਪਰ ਸੀਲਿੰਗ ਦੇ ਨੀਚੇ ਬਿਲਕੁਲ ਬਹੁਤ ਹੀ ਪਿਆਰੀਆਂ ਹੈਂਗਿੰਗ ਲਾਈਟਸ ਲੱਗੀਆਂ ਹੋਈਆਂ ਨੇ, ਅਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਸਰਦੀਆਂ ਨੇ ਰੱਖਿਆ ਹੋਇਆ ਹੈਗਾ, ਤੁਸੀਂ ਦੇਖ ਸਕਦੇ ਹੋਗੇ ਸਰ। ਇਹਦੇ 'ਤੇ ਸੀਲਿੰਗ ਦੇ ਉੱਪਰ ਅਤੇ ਜੋ ਚੀਜ਼ਾਂ ਆਪਾਂ ਐਡ ਕੀਤੀਆਂ ਨੇ, ਇਹਦੇ 'ਤੇ ਕਿੰਨਾ ਕੁ ਖਰਚ ਆਇਆ ਜੀ? ਐਕਚੁਅਲੀ ਕੀ ਹੈ ਜੀ, ਇੱਥੇ ਵੀ ਆਪਾਂ ਥੋੜ੍ਹੀ ਜਿਹੀ ਕੋਸਟ ਕਟਿੰਗ ਕੀਤੀ ਹੈ। ਆਪਾਂ ਇੱਥੇ ਵੀਨੀਅਰ ਜਾਂ ਪੋਲਿਸ਼ ਦਾ ਕੰਮ ਨਹੀਂ ਕੀਤਾ, ਇਹ ਵੀਨੀਅਰ ਲੁੱਕ ਦੇ ਵਿੱਚ ਹੀ ਆਪਾਂ ਨੂੰ ਮਾਈਕਾ ਮਿਲ ਗਿਆ ਸੀਗਾ। ਠੀਕ ਹੈ ਜੀ, ਉਹ ਆਪਾਂ ਯੂਜ਼ ਕੀਤਾ ਹੈਗਾ। ਓਕੇ ਜੀ। ਉੱਪਰ ਸਰ ਕਿੰਨੇ ਆਪਣੇ ਬੈੱਡਰੂਮ ਨੇ ਜੀ? ਉੱਪਰ 2 ਬੈੱਡਰੂਮ ਹੈ। ਓਕੇ ਜੀ। ਜੀ, ਠੀਕ ਹੈ ਸਰ। ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਝੂਲਾ ਤੁਹਾਨੂੰ ਛੱਤ ਦੇ ਉੱਪਰ ਵੇਖਣ ਨੂੰ ਮਿਲ ਜਾਏਗਾ, ਅਤੇ ਪਲਾਂਟਸ ਇੱਧਰ ਗਮਲੇ ਰੱਖੇ ਹੋਏ ਨੇ। ਸਰ, ਇਹਦੀ ਕੋਸਟ ਕਿੰਨੀ ਗਾ ਜੀ? ਜੀ, ਤਕਰੀਬਨ 9100 ਰੁਪਏ ਦਾ ਆਪਾਂ ਲਿਆ ਸੀ ਸੇਮ ਉੱਥੋਂ। ਅੱਛਾ ਜੀ। ਜੀ ਸਰ, ਮਤਲਬ ਕਾਫੀ ਚੀਜ਼ਾਂ ਤੁਸੀਂ ਲੋਅ ਬਜਟ ਦੇ ਵਿੱਚ ਖਰੀਦੀਆਂ ਨੇ, ਅਤੇ ਜਿਹਨਾਂ ਨੂੰ ਮਤਲਬ ਦੇਖ ਕੇ ਲੱਗਦਾ ਨਹੀਂ ਹੈਗਾ ਵੀ ਇੰਨੇ ਕੁ ਰੁਪਈਆਂ ਦੇਵੋਗੇ ਤੋਂ ਵੱਧ। ਜੀ, ਪੋਲਿਸ਼ ਵਰਕ ਹੋਇਆ ਹੋਇਆ ਪੂਰਾ। ਜੀ ਸਰ। ਜੀ, ਦਰਸ਼ਕ ਵੀਰੋ, ਜਦੋਂ ਆਪਾਂ ਸਟੇਅਰ ਤੋਂ ਬਿਲਕੁਲ ਉੱਪਰ ਆਉਣੇ ਆ ਫਸਟ ਫਲੋਰ ਦੇ ਉੱਪਰ, ਰਾਈਟ ਸਾਈਡ ਦੇ ਉੱਪਰ ਕਿਚਨ ਬਣੀ ਹੋਈ ਹੈਗੀ, ਤਾਂ ਕਿ ਜੋ ਆਪਣੇ ਉੱਪਰਲਾ ਫਲੋਰ ਹੈਗਾ ਉੱਥੇ ਵੀ ਕਿਚਨ ਦੀ ਕਿਸੇ ਕਿਸੇ ਦੀ ਕੋਈ ਦਿੱਕਤ ਨਾ ਆਵੇ ਜ਼ਰੂਰਤ ਆਉਂਦੀ। ਸੋ ਅਜੋ ਤੁਹਾਨੂੰ ਇਸ ਕੋਠੀ ਦਾ ਬੈਕਯਾਰਡ ਦਿਖਾਉਣੇ ਆ ਜੀ, ਇਹਦੇ ਬਾਰੇ ਵੀ ਥੋੜ੍ਹਾ ਚਾਨਣਾ ਪਾਓ ਜੀ। ਇਹ ਆਪਾਂ ਥੋੜ੍ਹਾ ਜਿਹਾ ਉੱਪਰ ਵੀ ਬੈਕਯਾਰਡ ਛੱਡਿਆ, ਜਿੱਦਾਂ ਨੀਚੇ ਇੱਥੋਂ ਲਾਈਟ ਦੇ ਲਈ ਵੀ ਜਾਲ ਰੱਖਿਆ ਹੋਇਆ ਹੈਗਾ, ਅਤੇ ਉੱਪਰ ਵੀ ਆਪਾਂ ਨੈਚੁਰਲ ਏਅਰ, ਹੁਣ ਈਵਨਿੰਗ 'ਚ ਆਪਾਂ ਬੈਠੇ ਹਾਂ, ਇਸ ਟਾਈਮ ਆਏ ਹਾਂ, ਬੜੀ ਬੜਾ ਅੱਛਾ ਫੀਲ ਹੁੰਦਾ, ਅੱਛਾ ਫੀਲ ਆ ਰਿਹਾ। ਇਹ ਮਤਲਬ ਇੱਕ ਹੋਰ ਵੀ ਹੈ ਕਿ ਸ਼ਹਿਰ ਦਾ ਸ਼ਹਿਰ ਵੀ ਹੈ, ਅਤੇ ਨਾਲ ਸਾਨੂੰ ਪਿੰਡ ਵਾਲਾ ਮਾਹੌਲ ਵੀ ਵਧੀਆ ਮਿਲ ਜਾਂਦਾ ਜੀ। ਹਾਂਜੀ ਸਰ, ਇਹ ਇੱਥੋਂ ਆਪਣੇ 2 ਬੈੱਡਰੂਮ ਬਣਾਏ ਆ ਉੱਪਰ। ਹਾਂਜੀ, ਵੈਸੇ ਇਹਦਾ ਕੁਛ ਕੰਮ ਪੈਂਡਿੰਗ ਹੈ ਆਪਣਾ। ਠੀਕ ਹੈ ਜੀ। ਮਤਲਬ ਬੈਡਸ ਵਗੈਰਾ ਦਾ ਜੀ, ਅਤੇ ਇਹ ਰੂਮ ਹੈ, ਮਾਸਟਰ ਬੈੱਡਰੂਮ ਰੱਖਿਆ ਆਪਾਂ, 16x13 ਦਾ ਇਹ ਰੂਮ ਹੈ। ਇਹਦੇ ਸਰ ਸੇਮ ਮਤਲਬ ਡਰੈਸਿੰਗ ਅਤੇ ਇੱਧਰ? ਹਾਂਜੀ, ਇਹਦੇ 'ਚ ਡਰੈਸਿੰਗ ਥੋੜ੍ਹਾ ਆਪਾਂ ਬੜਾ ਯੂਜ਼ ਕੀਤਾ, ਨਾਲ ਅਟੈਚ ਵਾਸ਼ਰੂਮ ਹੈ। ਠੀਕ ਹੈ। ਇਹਦੇ 'ਚ ਆਪਾਂ ਥੋੜ੍ਹਾ ਵੁਡਨ ਟਾਇਲ ਕੰਮ ਕੀਤਾ ਹੈਗਾ। ਠੀਕ ਹੈ ਜੀ। ਸੋ ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਸਾਰੇ ਸਾਰਾ ਕੰਮ ਬਹੁਤ ਹੀ ਵਧੀਆ ਅਤੇ ਪਿਆਰੇ ਤਰੀਕੇ ਦੇ ਨਾਲ ਕੀਤਾ ਗਿਆ ਹੈਗਾ, ਅਤੇ ਨਾਲ ਹੀ ਤੁਹਾਨੂੰ ਆਪਣਾ ਦੂਜਾ ਬੈੱਡਰੂਮ ਸਟਾਰਟ ਹੋ ਜਾਂਦਾ ਸਰ। ਹਾਂਜੀ ਸਰ, 9x9 ਦਾ ਜੀ? ਜੀ, 13x14 ਦਾ ਆਪਣਾ ਬੈੱਡਰੂਮ, ਦੂਸਰਾ ਬੈੱਡਰੂਮ ਆ ਗਿਆ। ਠੀਕ ਹੈ ਜੀ। ਅਤੇ ਫਰੰਟ 'ਤੇ ਵਿਊ ਹੈ ਜੀ ਇਹਦਾ। ਜੀ, ਤੁਸੀਂ ਦੇਖ ਸਕਦੇ ਹੋ ਇੱਥੋਂ ਆਪਾਂ ਪੂਰੀ ਬਾਹਰੇ ਨਜ਼ਰ ਮਾਰ ਸਕਦੇ ਹਾਂ, ਅਤੇ ਸਾਰਾ ਗ੍ਰੀਨਰੀ ਜੋ ਵੀ ਹੈਗਾ ਮਾਹੌਲ ਆਪਾਂ ਦੇਖ ਸਕਦੇ ਹਾਂਗੇ। ਨਾਲ ਹੀ ਸਰ ਜੀਆਂ ਨੇ ਇਹ ਸਾਰਾ ਵਿੰਡੋ ਆ ਜਿਹੜੀ ਫਿਕਸ ਰੱਖੀ ਹੋਈ ਆ, ਅਤੇ ਇੱਧਰ ਓਪਨ ਰੱਖੀ ਹੋਈ ਹਵਾ ਦੀ ਕ੍ਰੋਸਿੰਗ ਦੇ ਲਈ। ਹਾਂਜੀ ਹਾਂਜੀ, ਅਤੇ ਸਰ ਆਪਾਂ ਬਾਲਕੋਨੀ ਵੀ ਦਿਖਾ ਦਿੰਦੇ ਹਾਂ ਨਾ ਨਾਲ ਹੀ। ਹਾਂਜੀ ਹਾਂਜੀ ਹਾਂਜੀ।
सर टोटल अपना कितना स्क्वायर फीट आया जी कोठी दी जगह? ये 2700 स्क्वायर फीट वैसे टोटल एरिया कवर्ड एरिया फर्स्ट फ्लोर सेकंड फ्लोर मिला के तकरीबन 4200 स्क्वायर फीट 4200 स्क्वायर फीट है जी। ਸੋ ਵੀਰੋ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਨਜ਼ਾਰਾ ਦੂਰ ਤੱਕ ਨਿਗਾਹ ਜਾਂਦੀ ਹੈਗੀ ਨਜ਼ਰ ਜਾਂਦੀ ਹੈਗੀ ਦੇਖ ਸਕਦੇ ਹੋ ਸਟੋਨ ਜੀ ਬਿਲਕੁਲ ਨੈਚੁਰਲ ਸਟੋਨ ਦੇ ਲੁੱਕ 'ਚ ਲਿਆ ਆਪਾਂ ਕੋਈ ਕਲਰ ਨਹੀਂ ਹੈ ਪਿਓਰ ਨੈਚੁਰਲ ਹੈ ਤਾਂ ਹਰ ਇੱਕ ਸਟੋਨ ਦਾ ਇੱਕ ਡਿਫਰੈਂਟ ਕਲਰ ਹੈ ਕੋਈ ਗ੍ਰੇ ਕੋਈ ਲੱਗਦਾ ਜੀ ਠੀਕ ਹੈ ਜੀ ਬਟ ਇਹਨੂੰ ਲਗਾਉਣ ਦੇ ਲਈ ਆਪਾਂ ਨੂੰ ਸਪੈਸ਼ਲ ਇੱਕ ਲੋਹੇ ਦੇ ਕਲਿੱਪ ਯੂਜ਼ ਕਰਨੇ ਪਏ ਨੇ ਉਹਨਾਂ ਦੇ ਨਾਲ ਹੀ ਯੂਜ਼ ਹੋਇਆ ਠੀਕ ਹੈ ਸਰ ਠੀਕ ਵੀ ਕੁਝ ਕਿਸੇ ਤਰ੍ਹਾਂ ਵੀ ਆਪਾਂ ਡੈਕੋਰੇਟ ਕਰ ਸਕਦੇ ਹਾਂ ਚਾਹੇ ਬਾਹਰ ਏਰੀਆ ਬਣਾ ਲਓ ਸਰ ਜੋ ਤੁਸੀਂ ਇਹ LED ਲਾਈਟਸ ਯੂਜ਼ ਕੀਤੀਆਂ ਨੇ ਜੀ ਇਹਦੇ ਬਾਰੇ ਵੀ ਸਰ ਇਹ ਕਿੱਥੋਂ ਬਾਈ ਕੀਤੀ ਮਤਲਬ ਇਸ ਕਿੰਨੀ ਕੋਸਟ ਆ ਗਿਆ ਖਰਚਾ ਜੀ ਇਹ ਐਕਚੁਅਲੀ ਮੈਂ ਥੋੜਾ ਜਿਹਾ ਧਿਆਨ ਦਿੱਤਾ ਕਿ એનર્ਜੀ ਸੇਵਿੰਗ ਇਹ ਵੀ ਛੋਟੀਆਂ ਲਾਈਟਸ ਨੇ ਜਿਹੜੀਆਂ ਇਹ ਸਾਰੀਆਂ ਸਿਰਫ 1 1 ਵਾਟ ਦੀ ਲਾਈਟ ਹੈਗੀ ਠੀਕ ਹੈ ਜੀ ਕੋਸਟ ਵੀ ਇਹਦੀ ਕੁਝ ਖਾਸ ਨਹੀਂ ਜਿਵੇਂ 100 ਰੁਪਏ ਦੀ ਸਿੰਗਲ ਲਾਈਟ ਠੀਕ ਹੈ ਸਰ ਹੁਣ ਤੱਕ ਸਰ ਆਪਾਂ ਗੱਲ ਕਰੀਏ ਚਣਾਈ ਤੋਂ ਲੈ ਕੇ ਇੰਟੀਰੀਅਰ ਦੇ ਕੰਮ ਤੱਕ ਟੋਟਲ ਆਪਣਾ ਕਿੰਨੇ ਰੁਪਈਆਂ ਦੇ ਵਿੱਚ ਕੰਮ ਹੋ ਤਕਰੀਬਨ ਜੇ ਆਪਾਂ ਲਗਾਈਏ 60 65 ਲੱਖ ਰੁਪਏ ਦੇ ਲਗਵੇ ਨਾਲ ਓਕੇ ਖਰਚਾ ਕਾਫੀ ਸਰ ਤੁਸੀਂ ਪੈਸਿਆਂ ਦੀ ਸੇਵਿੰਗ ਕੀਤੀ ਹੈਗੀ ਹਾਂਜੀ ਕੀ ਹੈ ਨਾ ਮੋਸਟਲੀ ਕਾਫੀ ਮੇਰੇ ਫਰੈਂਡ ਸਰਕਲ 'ਚ ਵੀ ਬਣ ਰਹੇ ਆ ਘਰ ਹਾਂਜੀ ਕਾਫੀ ਕੋਸਟ ਦੇ ਵਿੱਚ ਧਿਆਨ ਆਪਾਂ ਇਹੀ ਦਿੱਤਾ ਕਿ ਕਈ ਜਗ੍ਹਾ ਤੇ ਆਪਾਂ ਟਰਾਈ ਕਰਕੇ ਫਿਰ ਪਰਚੇਜ਼ ਕੀਤਾ ਹੈਗਾ ਸਮਾਨ ਤੇ ਆਪਣਾ ਕਾਫੀ ਫਾਇਦਾ ਹੋਇਆ ਬਾਕੀ ਕੁਝ ਆਪਣਾ ਤੁਸੀਂ ਇੰਟੀਰੀਅਰ ਦੇ ਵਿੱਚ ਖੁਦ ਵੀ ਆਪ ਡਿਜ਼ਾਈਨਿੰਗ ਦੇ ਵਿੱਚ ਕੰਮ ਕੀਤਾ ਜੀ ਜਿੱਥੇ ਉਹੀ ਡਿਜ਼ਾਈਨਿੰਗ ਦੇ ਵਿੱਚ ਇਹੀ ਹੈ ਕਿ ਜਿੱਥੇ ਕੋਸਟ ਕਟਿੰਗ ਕਰਨੀ ਸੀ ਥੋੜਾ ਆਪਣਾ ਰੇਂਜ ਯੂਜ਼ ਕੀਤਾ ਤੇ ਲੁੱਕ ਵੀ ਆਵੇ ਤੇ ਬਟ ਸਰ ਕੋਠੀ ਦੇ ਅੰਦਰ ਆ ਕੇ ਲੱਗਦਾ ਨਹੀਂ ਹੈਗਾ ਵੀ 60 65 ਲੱਖ ਦੇ ਵਿੱਚ ਇੰਨੀ ਸੋਹਣੀ ਕੋਠੀ ਤਿਆਰ ਹੋਈ ਆ ਤੇ ਲਗਭਗ ਫੀਲਿੰਗ 1 ਤੋਂ 1.5 ਕਰੋੜ ਵਾਲੀ ਵੀ ਆਉਂਦੀ ਹੈਗੀ ਇੰਨੇ ਏਰੀਆ ਦੇ ਵਿੱਚ ਕਿਉਂਕਿ ਜਦੋਂ ਆਪਾਂ ਸ਼ਹਿਰ ਦੇ ਵਿੱਚ ਬੈਠੇ ਆ ਤਾਂ ਮਹਿੰਗਾਈ ਦੇ ਹਿਸਾਬ ਦੇ ਨਾਲ ਪੋਸੀਬਲ ਹੀ ਹੈ ਨਹੀਂ ਜੀ। ਵੀਰੋ ਜੇਕਰ ਤੁਹਾਨੂੰ ਅੱਜ ਦੀ ਜਾਣਕਾਰੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਸਾਡੇ ਨਾਲ ਸਾਂਝੀ ਕਰਿਓ ਐਂਡ ਗੱਲ ਕਰੀਏ ਆਪਾਂ ਕਮੈਂਟ ਬਾਕਸ ਦੇ ਵਿੱਚ ਹੈਸ਼ਟੈਗ ਜਸਟਿਫਾਇਰ ਸਿੱਧੂ ਮੂਸੇਵਾਲਾ ਨਾ ਲਿਖਣਾ ਭੁੱਲਿਓ। ਧੰਨਵਾਦ ਜਾਂਦੇ ਵਸਦੇ ਰਹੋ ਇਦਾਂ ਇਦਾਂ ਦੀਆਂ ਸੋਹਣੀਆਂ ਕੋਠੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਧੰਨਵਾਦ।